ਗੁਰੂ ਸਾਹਿਬ ਦੇ ਨਮਸਤਕ ਹੋ ਕੇ ਬਹੁਤ ਵਧੀਆ ਲੱਗ ਰਿਹਾ, ਕਿਉਂਕਿ ਗੁਰੂ ਦਾ ਓਟ ਆਸਰਾ ਲੈ ਕੇ ਚੱਲੇ ਸੀ, ਗੁਰੂ ਦੇ ਓਟ ਆਸਰੇ ਨੇ ਸਾਨੂੰ ਪਾਰ ਲੰਘਾਉਣਾ। ਬਾਕੀ ਸਿੱਖ ਸੰਗਤਾਂ ਦਾ ਬਹੁਤ ਪਿਆਰ ਆ ਸਾਡੇ ਨਾਲ, ਜਿੰਨੇ ਵੀ ਸਾਰੇ, ਮਤਲਬ ਮੈਂ ਬੇਨਤੀ ਕਰਦੀ ਹਾਂ ਸਿੱਖ ਸੰਗਤਾਂ ਨੂੰ ਵੀ ਜਿੱਦਾਂ ਤੁਸੀਂ ਪਿਆਰ ਦੇ ਰਹੇ ਜੇ, ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜੀ। ਇਦੋਂ ਵੀ ਵੱਧ ਚੜ ਕੇ ਸਿੱਖ ਸੰਗਤਾਂ ਜਾਗਣ, ਕਿਉਂਕਿ ਇਹ ਪੰਥ ਦਾ ਮਸਲਾ ਆ। ਮਾਤਾ ਜੀ, ਇੱਕ ਸ਼੍ਰੋਮਣੀ ਅਕਾਲੀ ਦਲ ਦਾ ਬਿਆਨ ਜਿਹੜਾ ਹੈਗਾ ਉਹ ਸਾਹਮਣੇ ਆਇਆ ਹੈਗਾ ਕਿ ਜਿਹੜੇ ਬੰਦੀ ਸਿੰਘ ਹੈਗੇ ਆ, ਜਿਹੜੇ ਕਈ ਸਾਲਾਂ ਤੋਂ ਜਿਹੜੇ ਆ ਪੰਥਕ ਹਿੱਤਾਂ ਨੂੰ ਲੈ ਕੇ ਜਿਹੜੇ ਹੈਗੇ ਉਹ ਜੋ ਵੀ ਪੰਥਕ ਹਿੱਤਾਂ ਦੇ ਵਿੱਚ ਕਰਦੇ ਰਹੇ, ਉਸ ਤੋਂ ਬਾਅਦ ਜਿਹੜਾ ਹੈਗਾ ਉਹ ਜੇਲ੍ਹ ਦੇ ਵਿੱਚ ਬੰਦ ਨੇ, ਔਰ ਉਹਨਾਂ ਦਾ ਕਹਿਣਾ ਹੈਗਾ ਜੀ 6 ਮਹੀਨੇ ਦੇ ਵਿੱਚ ਕੋਈ ਬੰਦੀ ਸਿੰਘ ਨਹੀਂ ਹੋ ਜਾਂਦਾ। ਵੇਖੋ, ਅਸੀਂ ਤੇ ਸਮੂਹ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹਾਂ, ਜਿਹੜੇ 35-35 ਸਾਲਾਂ ਤੋਂ ਵੀ ਬੰਦੀ ਸਿੰਘ ਅੰਦਰ ਆ। ਅਸੀਂ ਤੇ ਹਰ ਜਗ੍ਹਾ ਤੇ ਸਮੂਹ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ, ਜੇ ਵਾਹਿਗੁਰੂ ਕਿਰਪਾ ਕਰਦਾ ਤੇ ਪਹਿਲਾਂ ਪੁਰਾਣੇ ਬੰਦੀ ਸਿੰਘਾਂ ਦੀ ਗੱਲ ਕੀਤੀ ਜਾਊ, ਉਹਨਾਂ ਨੂੰ ਬਾਹਰ ਲਿਆਉਣ ਦੇ ਬਾਰੇ ਗੱਲ ਕੀਤੀ ਜਾਊਗੀ। ਮਾਤਾ ਜੀ, ਪੰਥਕ ਸੀਟ ਹੈਗੀ ਆ ਖਡੂਰ ਸਾਹਿਬ, ਔਰ ਕੀ ਲੱਗਦਾ ਹੈਗਾ ਸ਼੍ਰੋਮਣੀ ਅਕਾਲੀ ਦਲ ਵੀ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦੀ ਹੈਗੀ ਆ, ਔਰ ਹੁਣ ਤੇ ਚਲੋ ਉਮੀਦਵਾਰ ਨਾਲ ਜੋ ਵੀ ਪਿੱਛੇ ਜੇ ਜੋ ਇੱਕ ਦੋ ਦਿਨ ਦੇ ਵਿੱਚ ਸਾਹਮਣੇ ਆਇਆ, ਔਰ ਉਸ ਦੇ ਅਨੁਸਾਰ ਜਿਹੜਾ ਹੈਗਾ ਉਹ ਬਿਲਕੁਲ ਡਾਈਵਰਟ ਹੋ ਗਿਆ, ਕੀ ਲੱਗਦਾ ਵੋਟ ਬੈਂਕ ਦੇ ਉੱਤੇ ਇਸ ਚੀਜ਼ ਦਾ ਅਸਰ ਪਊਗਾ, ਕਿਉਂਕਿ ਸੰਗਤ ਜਿਹੜੀ ਹੈਗੀ ਆ ਪੰਥਕ ਸੀਟ ਦੇ ਹੋਣ ਦੇ ਨਾਤੇ ਪੰਥਕ ਪਾਰਟੀ ਉਹ ਵੀ ਕਹਿ ਰਹੇ ਨੇ, ਔਰ ਭਾਈ ਸਾਹਿਬ ਜਿਹੜੇ ਨੇ ਉਹ ਵੀ ਪੰਥਕ ਵਿਚਾਰਾਂ ਦੇ ਨਾਲ ਜੁੜੇ ਨੇ, ਔਰ ਹੁਣ ਕਿਸੇ ਦੇ ਚੱਲਦੇ ਉਹ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ, ਕੀ ਲੱਗਦਾ ਹੈਗਾ ਕਿ ਇਸ ਦਾ ਕੋਈ ਵੋਟ ਦੇ ਉੱਤੇ ਫਰਕ ਪੈਣ ਜਾ ਰਿਹਾ ਹੈਗਾ? ਵੇਖੋ, ਇਹ ਨਾ ਸੰਗਤ ਦਾ ਫੈਸਲਾ ਸੀ, ਪੰਥਕ ਹਲਕਾ ਜ਼ਰੂਰ ਹੈਗਾ, ਲੇਕਿਨ ਸੰਗਤ ਨੇ ਫੈਸਲਾ ਕੀਤਾ ਸੀ ਤੇ ਸੰਗਤ ਹੀ ਹੁਣ ਇਹਦਾ ਜਵਾਬ ਦਊਗੀ, ਜੋ ਵੀ ਹੋਊਗਾ ਸੰਗਤ ਦਾ ਹੀ ਫੈਸਲਾ ਹੈ। ਕੀ ਲੱਗਦਾ ਸੰਗਤ ਦਾ ਕਿਸ ਤਰ੍ਹਾਂ ਦਾ ਪਿਆਰ ਹੈਗਾ ਜਿੱਥੇ? ਸੰਗਤ ਦਾ ਬਹੁਤ ਜ਼ਿਆਦਾ ਪਿਆਰ ਸਾਨੂੰ ਕੱਲ੍ਹ ਦਾ ਮਿਲ ਰਿਹਾ, ਬਹੁਤ ਉਤਸ਼ਾਹ ਵਾ ਸੰਗਤਾਂ 'ਚ, ਬਹੁਤ ਜ਼ਿਆਦਾ ਪਿਆਰ ਦੇ ਰਹੀਆਂ। ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣ ਤੋਂ ਬਾਅਦ ਕਦੋਂ ਤੱਕ ਜਿਹੜਾ ਹੈਗਾ ਵਾ ਜਿਹੜਾ ਕਹਿ ਸਕਦੇ ਕਿ ਸੰਗਤ ਦੇ ਵਿੱਚ ਹੁਣ ਵਿਚਰਨ ਜਾ ਰਹੇ ਹੋ? ਕੱਲ੍ਹ ਤੋਂ ਸ਼ੁਰੂ ਕਰਾਂਗੇ ਸੰਗਤ ਦੇ ਵਿੱਚ ਵਿਚਰਨ ਵਾਲਾ, ਅੱਜ ਅਸੀਂ ਧਾਰਮਿਕ ਸਥਾਨਾਂ ਤੇ ਗੁਰੂਆਂ ਦੇ ਦਰਸ਼ਨ ਹੀ ਕਰਕੇ ਉਹਨਾਂ ਦਾ ਵੋਟ ਆਸਰਾ ਲੈ ਰਹੇ ਹਾਂ। ਕੀ ਲੱਗਦਾ ਬੀਬੀ ਖਾਲੜਾ ਵੀ ਪੰਥਕ ਸੀਟ ਤੋਂ ਚੋਣ ਲੜ ਚੁੱਕੇ ਨੇ ਪਹਿਲਾਂ, ਔਰ ਜਿਸ ਤਰ੍ਹਾਂ ਦਾ ਸਮਰਥਨ ਰਿਹਾ, ਕੀ ਲੱਗਦਾ ਕਿ ਹੁਣ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਸੰਗਤ ਦਾ ਮਿਲੂਗਾ, ਕਿਉਂਕਿ ਉਹ ਵੀ ਪਹਿਲਾਂ ਇੱਕ ਪੰਥਕ ਆਗੂ ਦੇ ਵਜੋਂ ਹੀ ਚੋਣ ਮੈਦਾਨ ਦੇ ਵਿੱਚ ਉਤਰੇ? ਹਾਂਜੀ, ਵੇਖੋ, ਬੀਬੀ ਖਾਲੜਾ ਸਿੰਘ ਸਾਹਿਬ ਦਾ ਸਾਨੂੰ ਬਹੁਤ ਸਮਰਥਨ ਆ, ਇੱਕ ਸਾਡੀ ਵੋਟ ਇੰਚਾਰਜ ਵੀ ਉਹ ਹੀ ਆ, ਬਾਕੀ ਜੋ ਵੀ ਗਾੜੀ ਸੰਗਤ ਦਾ ਫੈਸਲਾ ਹੋਊਗਾ ਉਹ ਸਿਰ ਮੱਥੇ। ਹਾਂਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਨਮਸਕਾਰ ਕੀਤੀ ਆ, ਉਹਨਾਂ ਅੱਗੇ ਬੇਨਤੀ ਕੀਤੀ ਹੈ ਕਿ ਜਿਹੜਾ ਅਸੀਂ ਕਾਜ ਵਿੜ ਰਹੇ ਹਾਂ ਉਹਦੇ 'ਚ ਸਾਨੂੰ ਸਫਲਤਾ ਬਖਸ਼ਣ, ਅਤੇ ਉਹਨਾਂ ਦਾ ਧੰਨਵਾਦ ਹੀ ਕਰਦੇ ਹਾਂ। ਕੱਲ੍ਹ ਆਪ ਜੀ ਗਏ ਸੀਗੇ ਸ਼੍ਰੀ ਅੰਮ੍ਰਿਤਸਰ ਸਾਹਿਬ ਗਏ ਸੀਗੇ, ਫਿਰ ਤਰਨ ਤਾਰਨ ਸਾਹਿਬ ਵੀ ਗਏ ਸੀਗੇ, ਹੁਣ ਅੱਜ ਇੱਥੇ ਪਹੁੰਚੋ ਗਾਂ ਜਿਹੜਾ ਹੈਗਾ ਵਾ ਚੋਣ ਮੁਹਿੰਮ ਦਾ ਜਿਹੜਾ ਰਸਮੀ ਆਗਾਜ਼ ਕੋਈ ਦਫ਼ਤਰੀ ਕਦੋਂ ਤੱਕ ਹੋਣ ਰਿਹਾ? ਇੱਕ ਦੋ ਦਿਨਾਂ ਤੱਕ, ਦੋ ਤਿੰਨ ਦਿਨ ਦੇ ਵਿੱਚ ਹੋ ਜਾਊਗਾ। ਅਸੀਂ ਪਹਿਲਾਂ ਗੁਰਦੁਆਰਾ ਸਾਹਿਬ ਨਤਮਸ਼ਕ ਹੋ ਰਹੇ ਹਾਂ, ਔਰ ਜਿਹੜੀਆਂ ਕੋਈ ਮੇਨ ਮੁੱਖ ਸੰਸਥਾਵਾਂ ਉਹਨਾਂ ਨੂੰ, ਉਹਨਾਂ ਦੇ ਮੁਖੀਆਂ ਨੂੰ ਮਿਲ ਰਹੇ ਹਾਂ, ਉਹ ਤੋਂ ਬਾਅਦ ਫਿਰ ਆਮ ਜਨਤਾ 'ਚ ਸੰਗਤਾਂ 'ਚ ਵਿਚਰਾਂਗੇ। ਸੰਗਤ ਕਦੋਂ ਤੱਕ ਵਿਚਰਨਾ ਜਿਹੜਾ ਹੈਗਾ ਉਹ? ਇੱਕ ਦੋ ਦਿਨ ਤੱਕ ਸ਼ਾਇਦ। ਸਾਰੀਆਂ ਪੰਥਕ ਜਥੇਬੰਦੀਆਂ ਦੇਣਗੇ ਵੈਰ ਜੀ, ਕਿਉਂ ਅੱਧੇ ਪੰਥ ਦੇ ਆ ਅਤੇ ਪੰਥ ਦੀ ਜਥੇਬੰਦੀਆਂ ਨੇ ਸਾਰੀਆਂ ਹੀ ਹਦਾਇਤ ਕਰਨੀਆਂ। ਭਾਈ ਬਿਰਸਾ ਸਿੰਘ ਪਟੋਲ ਤੁਹਾਡੇ ਕੋਲ ਆਏ ਸੀਗੇ? ਹਾਂਜੀ ਆਏ ਸੀਗੇ। ਹਾਂਜੀ, ਫਿਰ ਕੀ ਗੱਲਬਾਤ ਹੋਈ ਉਹਨਾਂ ਨਾਲ? ਗੱਲਬਾਤ ਤੇ ਉਸ ਤਾਂ ਤੁਸੀਂ ਉਹਨਾਂ ਦੱਸੀ ਦਿੱਤੀ ਹੋਣੀ ਵੀ ਕੀ ਹੋਈ ਹੈ। ਨਹੀਂ, ਉਹ ਆਏ ਸੀਗੇ, ਉਹ ਐਵੇਂ ਜਿਹੜਾ ਝੂਠ ਬੋਲਣ ਵਾਲੀ ਗੱਲ ਕਰਦੇ ਆ ਕਿ ਸਾਡੇ ਤੁਹਾਡੇ ਪਰਿਵਾਰ ਨੇ ਮੈਨੂੰ ਸਹਿਮਤੀ ਦਿੱਤੀ ਸੀ। ਮੈਂ ਕਿਹਾ ਸਾਨੂੰ ਤਾਂ ਤੁਸੀਂ ਦੋ ਤਿੰਨ ਮਹੀਨੇ ਤੋਂ ਮਿਲੇ ਨਹੀਂ, ਇੱਕ ਵਾਰੀ ਮਿਲੇ ਸੀ ਮੋਰਚੇ 'ਚ, ਉਦੋਂ ਬਾਅਦ 'ਚ ਤਾਂ ਨਹੀਂ ਮਿਲੇ। ਬਾਕੀ ਚਲੋ ਜੋ ਕਹੀ ਜਾਂਦੇ ਠੀਕ ਹੈ, ਬਾਕੀ ਸੰਗਤਾਂ ਜਾਣਗੀਆਂ ਸਰ। ਇਹ ਹਲਕਾ ਪੰਥਕ ਬੀਬੀ ਖਾਲੜਾ ਜੀ ਇਸ ਤੋਂ ਚੋਣ ਲੜੇ ਸੀਗੇ, ਕਾਮਯਾਬ ਹੋ ਸਕਦੇ, ਇਸ ਵਾਰ ਤੁਹਾਨੂੰ ਕੀ ਲੱਗਦਾ? ਨਹੀਂ, ਜੋ ਪਿਛਲੇ ਟਾਈਮ ਕੁਛ ਗਲਤੀਆਂ ਰਹਿ ਗਈਆਂ ਹੋਣਗੀਆਂ ਜਾਂ ਲੋਕਾਂ ਨੂੰ ਥੋੜ੍ਹਾ ਜਿਹਾ ਵੀ ਨਹੀਂ ਉਹਨਾਂ ਦੀ ਪਹੁੰਚ ਹੋ ਪਾਈ ਹੋਊਗੀ ਉਹਨਾਂ ਨਾਲ, ਲੇਕਿਨ ਇਸ ਵਾਰੀ ਲੋਕਾਂ 'ਚ ਬਹੁਤ ਉਤਸ਼ਾਹ, ਲੋਕਾਂ ਕੋਲ ਗੱਲ ਮੈਸੇਜ ਸਾਰੀ ਜਗ੍ਹਾ 'ਤੇ ਪਹੁੰਚ ਗਿਆ ਅਤੇ ਭਾਈ ਸਾਹਿਬ ਨੂੰ ਬਹੁਤ ਪਿਆਰ ਦੇ ਰਹੇ ਲੋਕ, ਅਤੇ ਸਾਨੂੰ ਉਮੀਦ ਹੈ ਕਿ
ਹੋਰ ਕੋਈ ਕਮੀ ਨਾ ਰਹਿ ਜਾਵੇ, ਬਾਕੀ ਸੰਗਤਾਂ ਨੂੰ ਪਿਆਰ ਦੀ ਕੋਈ ਘਾਟ ਨਹੀਂ।